ਹੁਣ ਉਹ ਫਿਰਦੇ ਨੇ ਤੁਰੇ ਉਹ ਅਕਾਲੀ ਦਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਪੰਜਾਬ ਬਚਾਓ ਨੀ ਉਹ ਪਰਿਵਾਰ ਬਚਾਓ ਹੈ ਪਰਸੋਂ ਦੇ ਸਾਰੇ ਦੇ ਇਲਾਕੇ ਚ ਫਿਰਦਾ ਸੀ ਇਹਨੂੰ ਬਚਾਓ ਕੱਲ ਪ੍ਰਾਹੁਣੇ ਦੇ ਇਲਾਕੇ ਚ ਫਿਰਦਾ ਸੀ ਪ੍ਰਾਹੁਣਾ ਬਚਾਓ ਪੰਜਾਬ ਬਚਾਓ ਨੀ ਹੈਗਾ ਇਹ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨੀ ਕੁਛ ਨੀ ਲੱਗ ਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਕੇ ਰੋਟੀ ਖਾਣ ਪਹਿਲਾਂ ਕਦੇ ਲੱਗਿਆ ਸੀ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਪਹਿਲਾਂ ਉਹਨੂੰ ਸਵੇਰੇ ਬਿਠਾ ਲੈਂਦੇ ਨੇ ਕਿਉਂਕਿ ਜ਼ਿਆਦਾ ਵਾਰ ਚੜ੍ਹਨਾ ਉਤਨਾ ਔਖਾ ਉਹਨੂੰ ਤੇ ਸਵੇਰੇ ਬਿਠਾ ਲੈਂਦੇ ਨੇ ਉੱਥੇ ਰੋਟੀ ਉੱਥੇ ਪਾਣੀ ਕਰਦਾ ਫਿਰਦਾ ਸਾਨੂੰ ਬਚਾ ਲਓ ਕਿਉਂ ਬਈ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪਰਮਾਤਮਾ ਦੀ ਚੱਕੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚਹਿਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫੜ ਪਾਪਾਂ ਦਾ ਭੋਗਣਾ ਪੈਣਾ ਹੁਣ ਉਹ ਫਿਰਦੇ ਨੇ ਤੁਰੇ ਉਹ ਅਕਾਲੀ ਦਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਪੰਜਾਬ ਬਚਾਓ ਨੀ ਉਹ ਪਰਿਵਾਰ ਬਚਾਓ ਹੈ ਪਰਸੋਂ ਦੇ ਸਾਰੇ ਦੇ ਇਲਾਕੇ ਚ ਫਿਰਦਾ ਸੀ ਇਹਨੂੰ ਬਚਾਓ ਕੱਲ ਪ੍ਰਾਹੁਣੇ ਦੇ ਇਲਾਕੇ ਚ ਫਿਰਦਾ ਸੀ ਪ੍ਰਾਹੁਣਾ ਬਚਾਓ ਪੰਜਾਬ ਬਚਾਓ ਨੀ ਹੈਗਾ ਇਹ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨੀ ਕੁਛ ਨੀ ਲੱਗ ਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਕੇ ਰੋਟੀ ਖਾਣ ਪਹਿਲਾਂ ਕਦੇ ਲੱਗਿਆ ਸੀ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਪਹਿਲਾਂ ਉਹਨੂੰ ਸਵੇਰੇ ਬਿਠਾ ਲੈਂਦੇ ਨੇ ਕਿਉਂਕਿ ਜ਼ਿਆਦਾ ਵਾਰ ਚੜ੍ਹਨਾ ਉਤਨਾ ਔਖਾ ਉਹਨੂੰ ਤੇ ਸਵੇਰੇ ਬਿਠਾ ਲੈਂਦੇ ਨੇ ਉੱਥੇ ਰੋਟੀ ਉੱਥੇ ਪਾਣੀ ਕਰਦਾ ਫਿਰਦਾ ਸਾਨੂੰ ਬਚਾ ਲਓ ਕਿਉਂ ਬਈ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪਰਮਾਤਮਾ ਦੀ ਚੱਕੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚਹਿਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫੜ ਪਾਪਾਂ ਦਾ ਭੋਗਣਾ ਪੈਣਾ ਹੁਣ ਉਹ ਫਿਰਦੇ ਨੇ ਤੁਰੇ ਉਹ ਅਕਾਲੀ ਦਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਪੰਜਾਬ ਬਚਾਓ ਨੀ ਉਹ ਪਰਿਵਾਰ ਬਚਾਓ ਹੈ ਪਰਸੋਂ ਦੇ ਸਾਰੇ ਦੇ ਇਲਾਕੇ ਚ ਫਿਰਦਾ ਸੀ ਇਹਨੂੰ ਬਚਾਓ ਕੱਲ ਪ੍ਰਾਹੁਣੇ ਦੇ ਇਲਾਕੇ ਚ ਫਿਰਦਾ ਸੀ ਪ੍ਰਾਹੁਣਾ ਬਚਾਓ ਪੰਜਾਬ ਬਚਾਓ ਨੀ ਹੈਗਾ ਇਹ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨੀ ਕੁਛ ਨੀ ਲੱਗ ਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਕੇ ਰੋਟੀ ਖਾਣ ਪਹਿਲਾਂ ਕਦੇ ਲੱਗਿਆ ਸੀ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਪਹਿਲਾਂ ਉਹਨੂੰ ਸਵੇਰੇ ਬਿਠਾ ਲੈਂਦੇ ਨੇ ਕਿਉਂਕਿ ਜ਼ਿਆਦਾ ਵਾਰ ਚੜ੍ਹਨਾ ਉਤਨਾ ਔਖਾ ਉਹਨੂੰ ਤੇ ਸਵੇਰੇ ਬਿਠਾ ਲੈਂਦੇ ਨੇ ਉੱਥੇ ਰੋਟੀ ਉੱਥੇ ਪਾਣੀ ਕਰਦਾ ਫਿਰਦਾ ਸਾਨੂੰ ਬਚਾ ਲਓ ਕਿਉਂ ਬਈ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪਰਮਾਤਮਾ ਦੀ ਚੱਕੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚਹਿਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫੜ ਪਾਪਾਂ ਦਾ ਭੋਗਣਾ ਪੈਣਾ।